ਤੁਹਾਡੀਆਂ ਸਾਰੀਆਂ ਖੁਆਇਸ਼ਾਂ ਹੁਣ ਪੂਰੀ ਹੋਣਗੀਆਂ ਬਸ ਇੱਕ ਕਲਿੱਕ ਦੇ ਵਿੱਚ, ਕਿਉਂਕਿ ਘਰ ਬੈਠੇ ਹੀ ਤੁਸੀਂ ਲੱਭ ਸਕਦੇ ਆਪਣੇ ਪਰਫੈਕਟ ਪਾਰਟਨਰ ਨੂੰ ਸਿਰਫ NRI ਮੈਰਿਜ ਬਿਊਰੋ ਤੇ। ਦੋਸਤੋ, ਅੱਜ ਮੈਂ ਸ਼ੇਅਰ ਕਰਨ ਲੱਗੀ ਆ ਬਹੁਤ ਸਾਰੇ ਇੰਟਰਸਟਿੰਗ ਕੈਂਡੀਡੇਟਸ ਦੇ ਰਿਸ਼ਤੇ। ਤਾਂ ਜੀ, ਪਹਿਲਾ ਰਿਸ਼ਤਾ ਮੇਰੇ ਕੋਲ ਆਇਆ 45 ਸਾਲਾਂ ਦੇ, 5 ਫੁੱਟ 9 ਇੰਚ, ਅਨਮੈਰਿਡ, ਗੁੱਡ ਲੁਕਿੰਗ, ਮੁਸਲਿਮ, ਸੁੰਨੀ ਜੈਂਟਲਮੈਨ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਕੈਨੇਡਾ ਦੇ ਸਿਟੀਜ਼ਨ ਨੇ ਤੇ ਇਹਨਾਂ ਨੇ ਬੀਟੈਕ ਕੀਤੀ ਹੋਈ ਹੈ ਤੇ ਐਜ਼ ਅ ਬਿਲਡਰ ਕੰਮ ਕਰ ਰਹੇ ਨੇ। ਬਾਂਗਲਾਦੇਸ਼ ਇਹਨਾਂ ਦਾ ਬੈਕਗ੍ਰਾਉਂਡ ਹੈਗਾ ਤੇ ਲੱਭ ਰਹੇ ਨੇ ਆਪਣੇ ਲਈ 30 ਤੋਂ 45 ਸਾਲਾਂ ਦੇ ਵਿਚਕਾਰ ਅਨਮੈਰਿਡ, ਡਾਇਵੋਰਸਿਡ ਸਿਟੀਜ਼ਨ ਜਾਂ ਫਿਰ ਪਰਮਾਨੈਂਟ ਰੈਜ਼ੀਡੈਂਟ ਵਰਕ ਪਰਮਿਟ ਹੋਲਡਰ ਮੁਸਲਿਮ ਸੁੰਨੀ ਲੇਡੀ ਦੀ ਇਹਨਾਂ ਨੂੰ ਤਲਾਸ਼ਿਆ ਤੇ ਕੰਟਰੀ ਲਈ ਰਿਕੁਆਇਰਮੈਂਟਸ ਦਿੱਤੀਆਂ ਨੇ ਕੈਨੇਡਾ ਜਾਂ ਫਿਰ US ਤੋਂ। ਨੈਕਸਟ ਪ੍ਰੋਫਾਈਲ ਜਿਹੜੀ ਮੇਰੇ ਕੋਲ ਆਈ ਹੈ ਉਹ ਹੈ 32 ਸਾਲਾਂ ਦੇ, 5 ਫੁੱਟ 6 ਇੰਚ ਇਹਨਾਂ ਦੀ ਹਾਈਟ ਹੈ, ਅਨਮੈਰਿਡ ਨੇ, ਗੁੱਡ ਲੁਕਿੰਗ ਨੇ, ਪੰਜਾਬੀ ਜੱਟ ਸਿੱਖ ਮੁੰਡੇ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਕੈਨੇਡਾ ਦੇ ਸਿਟੀਜ਼ਨ ਨੇ ਤੇ ਇਹਨਾਂ ਨੇ ਆਪਣਾ ਡਿਪਲੋਮਾ ਕੀਤਾ ਹੋਇਆ IT ਦੇ ਵਿੱਚ ਤੇ ਇੱਕ ਪ੍ਰਾਈਵੇਟ ਜੋਬ ਕਰ ਰਹੇ ਨੇ। ਇੰਡੀਅਨ ਬੈਕਗ੍ਰਾਉਂਡ, ਕਪੂਰਥਲਾ, ਪੰਜਾਬ ਦਾ ਇਹਨਾਂ ਦਾ ਹੈਗਾ ਤੇ ਲੱਭ ਰਹੇ ਨੇ ਆਪਣੇ ਲਈ 25 ਤੋਂ 30 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ ਜੱਟ ਸਿੱਖ ਕੁੜੀ ਨੂੰ ਤੇ ਕੰਟਰੀ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਕੈਨੇਡਾ ਦੀਆਂ। ਨੈਕਸਟ ਪ੍ਰੋਫਾਈਲ ਜਿਹੜੀ ਮੇਰੇ ਕੋਲ ਆਈ ਹੋਈ ਹੈ ਜੀ, 51 ਸਾਲਾਂ ਦੇ, 5 ਫੁੱਟ 11 ਇੰਚ ਇਹਨਾਂ ਦੀ ਹਾਈਟ ਹੈ, ਵਿਡੋਵਰ, ਗੁੱਡ ਲੁਕਿੰਗ, ਪੰਜਾਬੀ ਜੱਟ ਸਿੱਖ ਜੈਂਟਲਮੈਨ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਵਿਜ਼ਿਟਰ ਵੀਜ਼ਾ ਤੇ ਨੇ ਕੈਨੇਡਾ ਦੇ ਵਿੱਚ ਤੇ ਫਿਲਹਾਲ ਇੱਕ ਪ੍ਰਾਈਵੇਟ ਜੋਬ ਕਰ ਰਹੇ ਨੇ। ਇੰਡੀਅਨ ਬੈਕਗ੍ਰਾਉਂਡ, ਫਿਰੋਜ਼ਪੁਰ, ਪੰਜਾਬ ਦਾ ਇਹਨਾਂ ਦਾ ਹੈਗਾ ਤੇ ਆਪਣੇ ਪਰਫੈਕਟ ਪਾਰਟਨਰ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ 39 ਤੋਂ 48 ਸਾਲਾਂ ਦੀ, ਵਿਡੋਵਰ, ਸੈਪਰੇਟਿਡ, ਡਾਇਵੋਰਸਿਡ ਸਿਟੀਜ਼ਨ ਲਈ, ਪਰਮਾਨੈਂਟ ਰੈਜ਼ੀਡੈਂਟ ਸਿੱਖ ਲੇਡੀ ਲਈ ਰਿਕੁਆਇਰਮੈਂਟਸ ਦਿੱਤੀਆਂ ਨੇ ਤੇ ਨਾਲ ਹੀ ਕੰਟਰੀ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਕੈਨੇਡਾ ਦੀਆਂ। 40 ਸਾਲਾਂ ਦੇ, 5 ਫੁੱਟ 10 ਇੰਚ, ਅਨਮੈਰਿਡ, ਗੁੱਡ ਲੁਕਿੰਗ, ਜੱਟ ਸਿੱਖ ਜੈਂਟਲਮੈਨ ਦਾ ਇਹ ਰਿਸ਼ਤਾ ਹੈ ਜੀ। ਕੈਨੇਡਾ ਦੇ ਸਿਟੀਜ਼ਨ ਨੇ ਤੇ ਇਹਨਾਂ ਨੇ ਡਿਪਲੋਮਾ ਕੀਤਾ ਹੋਇਆ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਤੇ ਐਜ਼ ਅ ਮੈਨੇਜਰ ਕੰਮ ਕਰ ਰਹੇ ਨੇ। ਬੈਕਗ੍ਰਾਉਂਡ ਦੀ ਜੇ ਮੈਂ ਗੱਲ ਕਰਾਂ ਤਾਂ ਲੁਧਿਆਣਾ ਪੰਜਾਬ ਨਾਲ ਇਹਨਾਂ ਦਾ ਸੰਬੰਧ ਹੈ ਤੇ ਲੱਭ ਰਹੇ ਨੇ ਆਪਣੇ ਲਈ 35 ਤੋਂ 40 ਸਾਲਾਂ ਦੇ ਵਿਚਕਾਰ ਅਨਮੈਰਿਡ, ਕਿਸੇ ਵੀ ਵੀਜ਼ਾ ਸਟੇਟਸ ਤੇ ਜੱਟ ਸਿੱਖ ਲੇਡੀ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਕੈਨੇਡਾ ਦੇ। ਨੈਕਸਟ ਪ੍ਰੋਫਾਈਲ ਜਿਹੜੀ ਮੇਰੇ ਕੋਲ ਆਈ ਹੋਈ ਹੈ 40 ਸਾਲਾਂ ਦੇ, 5 ਫੁੱਟ 3 ਇੰਚ ਇਹਨਾਂ ਦੀ ਹਾਈਟ ਹੈ, ਡਾਇਵੋਰਸੀ, ਗੁੱਡ ਲੁਕਿੰਗ, ਹਿੰਦੂ, ਕਸ਼ਤਰੀਆ ਜੈਂਟਲਮੈਨ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਟੈਂਪਰੇਰੀ ਵੀਜ਼ਾ ਤੇ ਨੇ ਕੈਨੇਡਾ ਦੇ ਵਿੱਚ ਤੇ ਡਿਪਲੋਮਾ ਕੀਤਾ ਹੋਇਆ ਇਹਨਾਂ ਨੇ ਤੇ ਨਾਲ ਹੀ ਐਜ਼ ਅ ਕੰਟਰੈਕਟਰ ਕੰਮ ਕਰ ਰਹੇ ਨੇ। ਇੰਡੀਅਨ ਬੈਕਗ੍ਰਾਉਂਡ, ਫਗਵਾੜਾ ਦਾ ਇਹਨਾਂ ਦਾ ਹੈਗਾ। ਇਲਾਬਰੇ ਨੇ ਆਪਣੇ ਲਈ 34 ਤੋਂ 39 ਸਾਲਾਂ ਦੀ, ਅਨਮੈਰਿਡ ਸਿਟੀਜ਼ਨ, ਵਿਡੋਵਰ, ਡਾਇਵੋਰਸ ਸਿਟੀਜ਼ਨ, PR, ਹਿੰਦੂ, ਵਰਕ ਪਰਮਿਟ, ਸਿੱਖ ਕਾਸਟ, ਨੋਬਰ ਲੇਡੀ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਤੇ ਕੰਟਰੀ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਕੈਨੇਡਾ ਜਾਂ ਫਿਰ US ਲਈ। 2 ਕੰਟਰੀਜ਼ ਲਈ ਰਿਕੁਆਇਰਮੈਂਟ ਨਹੀਂ। ਜੇਕਰ ਤੁਹਾਨੂੰ ਰਿਸ਼ਤਾ ਵਧੀਆ ਲੱਗਦਾ ਤਾਂ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ। ਤਾਂ ਜੇ ਅਗਲਾ ਰਿਸ਼ਤਾ ਮੇਰੇ ਕੋਲ ਆਇਆ 28 ਸਾਲਾਂ ਦੇ, 5 ਫੁੱਟ 8 ਇੰਚ, ਅਨਮੈਰਿਡ, ਗੁੱਡ ਲੁਕਿੰਗ, ਕੈਨੇਡੀਅਨ, PR ਮੁੰਡੇ ਦਾ ਇਹ ਰਿਸ਼ਤਾ ਹੈ ਜੀ। ਇੱਕ ਪ੍ਰਾਈਵੇਟ ਜੋਬ ਕਰ ਰਹੇ ਨੇ। ਇੰਡੀਅਨ ਬੈਕਗ੍ਰਾਉਂਡ, ਲੁਧਿਆਣਾ, ਪੰਜਾਬ ਦਾ ਇਹਨਾਂ ਦਾ ਹੈਗਾ ਤੇ ਲੱਭ ਰਹੇ ਨੇ ਆਪਣੇ ਲਈ 24 ਤੋਂ 28 ਸਾਲਾਂ ਦੇ ਵਿਚਕਾਰ ਜੱਟ ਸਿੱਖ ਕੁੜੀ ਨੂੰ, ਪਰਮਾਨੈਂਟ ਰੈਜ਼ੀਡੈਂਟ, ਨਾਲ ਹੀ ਕੰਟਰੀ ਲਈ ਰਿਕੁਆਇਰਮੈਂਟ ਦਿੱਤੀਆਂ ਨੇ ਕੈਨੇਡਾ ਦੀਆਂ। ਨੈਕਸਟ ਪ੍ਰੋਫਾਈਲ ਜਿਹੜੀ ਮੇਰੇ ਕੋਲ ਆਈ ਹੋਈ ਹੈ 26 ਸਾਲਾਂ ਦੇ, 5 ਫੁੱਟ 9 ਇੰਚ, ਅਨਮੈਰਿਡ, ਗੁੱਡ ਲੁਕਿੰਗ, ਜੱਟ ਸਿੱਖ ਮੁੰਡੇ ਦਾ ਇਹ ਰਿਸ਼ਤਾ ਹੈ ਜੀ। ਇੰਡੀਆ ਦੇ ਵਿੱਚ ਰਹਿ ਰਹੇ ਨੇ, ਜਗਰਾਉਂ ਨਾਲ ਇਹਨਾਂ ਦਾ ਸੰਬੰਧ ਹੈ ਤੇ ਇਹਨਾਂ ਨੇ ਬੀਟੈਕ ਕੀਤੀ ਹੋਈ ਹੈ ਤੇ ਐਜ਼ ਅ ਇਲੈਕਟ੍ਰੀਸ਼ੀਅਨ ਕੰਮ ਕਰ ਰਹੇ ਨੇ। ਇਹ ਲੱਭ ਰਹੇ ਨੇ ਆਪਣੇ ਲਈ 23 ਤੋਂ 26 ਸਾਲਾਂ ਦੀ, ਅਨਮੈਰਿਡ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ, ਜੱਟ ਸਿੱਖ ਕੁੜੀ ਦੀ ਇਹਨਾਂ ਨੂੰ ਭਾਲ ਹੈ ਤੇ ਕੰਟਰੀ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ ਕੈਨੇਡਾ ਦੀ। 28 ਸਾਲਾਂ ਦੇ, 5 ਫੁੱਟ 11 ਇੰਚ, ਅਨਮੈਰਿਡ, ਗੁੱਡ ਲੁਕਿੰਗ, ਹਿੰਦੂ ਮੁੰਡੇ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਸਟੂਡੈਂਟ ਵੀਜ਼ਾ ਤੇ ਨੇ US ਦੇ ਵਿੱਚ ਤੇ ਇਹਨਾਂ ਨੇ ਮਾਸਟਰਸ ਕੀਤੀ ਹੋਈ ਹੈ ਤੇ ਐਜ਼ ਅ ਸੋਫਟਵੇਅਰ ਡੇਟਾ ਇੰਜੀਨੀਅਰ ਕੰਮ ਕਰ ਰਹੇ ਨੇ। ਆਓ ਇੱਕ ਨਜ਼ਰ ਮਾਰ ਲੈਂਦੇ ਹਾਂ ਕਿ ਕੀ ਕੀ ਰਿਕੁਆਇਰਮੈਂਟਸ ਦਿੱਤੀਆਂ ਨੇ ਇਹਨਾਂ ਨੇ ਆਪਣੇ ਪਰਫੈਕਟ ਪਾਰਟਨਰ ਲਈ। ਤਾਂ ਇਹਨਾਂ ਨੂੰ ਭਾਲ ਹੈ ਆਪਣੇ ਲਈ 25 ਤੋਂ 31 ਸਾਲਾਂ ਦੀ, ਅਨਮੈਰਿਡ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ, ਹਿੰਦੂ, ਨਾਲ ਹੀ ਕਾਸਟ, ਨੋਬਰ, ਕੁੜੀ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ। ਪਿਛੋਕੜ ਦੀ ਜੇ ਮੈਂ ਗੱਲ ਕਰਾਂ ਤਾਂ ਰਾਜਸਥਾਨ ਨਾਲ ਇਹ ਸੰਬੰਧ ਰੱਖਦੇ ਨੇ ਤੇ 2 ਕੰਟਰੀ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ, US ਜਾਂ ਫਿਰ ਕੈਨੇਡਾ ਲਈ।
ਨੈਕਸਟ ਪ੍ਰੋਫਾਈਲ ਜਿਹੜੀ ਮੇਰੇ ਕੋਲ ਆਈ ਹੈ 31 ਸਾਲਾਂ ਦੇ 6 ਫੁੱਟ ਕੱਦ ਦੇ ਅਨਮੈਰਿਡ ਗੁੱਡ ਲੁਕਿੰਗ ਜੱਟ ਸਿੱਖ ਮੁੰਡੇ ਦੀ ਪ੍ਰੋਫਾਈਲ ਮੈਂ ਪੜ੍ਹ ਰਹੀ ਹਾਂ ਜੀ। ਟੈਂਪਰੇਰੀ ਵੀਜ਼ਾ ਤੇ ਨੇ ਯੂਐਸ ਦੇ ਵਿੱਚ ਤੇ ਇਹਨਾਂ ਨੇ ਬੀਏ ਕੀਤੀ ਹੋਈ ਹੈ ਤੇ ਐਜ਼ ਅ ਟਰੱਕ ਡਰਾਈਵਰ ਕੰਮ ਕਰ ਰਹੇ ਨੇ। ਇੰਡੀਅਨ ਬੈਕਗ੍ਰਾਉਂਡ ਦੀ ਜੇ ਮੈਂ ਗੱਲ ਕਰਾਂ ਤਾਂ ਫਰੀਦਕੋਟ ਪੰਜਾਬ ਨਾਲ ਇਹਨਾਂ ਦਾ ਸੰਬੰਧ ਹੈਗਾ। ਇਹ ਲੱਭ ਰਹੇ ਨੇ ਆਪਣੇ ਲਈ 26 ਤੋਂ 31 ਸਾਲਾਂ ਦੀ ਅਨਮੈਰਿਡ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਜੱਟ ਸਿੱਖ ਕੁੜੀ ਦੀ ਇਹਨਾਂ ਨੂੰ ਤਲਾਸ਼ ਹੈ ਤੇ ਕੰਟਰੀ ਲਈ ਰਿਕੁਆਇਰਮੈਂਟ ਦਿੱਤੀਆਂ ਨੇ ਯੂਐਸ ਦੀਆਂ। ਅੱਜ ਦੇ ਐਪੀਸੋਡ ਦੀ ਲਾਸਟ ਪ੍ਰੋਫਾਈਲ ਮੈਂ ਪੜ੍ਹਨ ਲੱਗੀ ਹਾਂ ਜੀ। 37 ਸਾਲਾਂ ਦੇ 5 ਫੁੱਟ 11 ਇੰਚ ਡਾਇਵੋਰਸੀ ਗੁੱਡ ਲੁਕਿੰਗ ਜੱਟ ਸਿੱਖ ਜੈਂਟਲਮੈਨ ਦੀ ਪ੍ਰੋਫਾਈਲ ਹੈ। ਇੰਡੀਆ ਤੋਂ ਇਹ ਰਿਸ਼ਤਾ ਹੈ ਜੀ। ਅੰਮ੍ਰਿਤਸਰ ਪੰਜਾਬ ਨਾਲ ਸੰਬੰਧ ਰੱਖਦੇ ਨੇ ਤੇ ਇਹਨਾਂ ਨੇ ਬੀਏ ਕੀਤੀ ਹੋਈ ਹੈ ਤੇ ਐਜ਼ ਅ ਫਾਰਮਰ ਕੰਮ ਕਰ ਰਹੇ ਨੇ। ਇੱਕ ਨਜ਼ਰ ਇਹਨਾਂ ਦੀ ਰਿਕੁਆਇਰਮੈਂਟਸ ਵੱਲ ਤੇ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ 32 ਤੋਂ 39 ਸਾਲਾਂ ਦੇ ਵਿਡੋਵਰ ਸੈਪਰੇਟਡ ਡਾਇਵੋਰਸੀ ਸਿਟੀਜ਼ਨ ਲਈ, ਪਰਮਾਨੈਂਟ ਰੈਜ਼ੀਡੈਂਟ ਜੱਟ ਸਿੱਖ ਨਾਲ ਹੀ ਕਾਸਟ ਨੋਬਰ ਲੇਡੀ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ ਤੇ ਕੈਨੇਡਾ ਕੰਟਰੀ ਤੋਂ ਇਹ ਕੁੜੀ ਦੀ ਭਾਲ ਕਰ ਰਹੇ ਨੇ। ਤਾਂ ਜੀ ਇਹ ਸੀਗੇ ਅੱਜ ਦੇ ਐਪੀਸੋਡ ਦੀਆਂ ਸਾਰੀਆਂ ਪ੍ਰੋਫਾਈਲਾਂ 'ਚ। ਕਿਸੇ ਵੀ ਪ੍ਰੋਫਾਈਲ ਨੂੰ ਸੁਣ ਕੇ ਤੁਹਾਨੂੰ ਲੱਗਾ ਕਿ ਤੁਸੀਂ ਰਿਲੇਟ ਕਰ ਪਾ ਰਹੇ ਹੋ, ਕਿਸੇ ਵੀ ਪ੍ਰੋਫਾਈਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਜਾਂ ਆਪਣੀਆਂ ਪ੍ਰੋਫਾਈਲ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਕੰਟੈਕਟ ਨੰਬਰ 'ਤੇ। ਸਾਡਾ ਕੰਟੈਕਟ ਨੰਬਰ ਹੈਗਾ ਜੀ 6478886000, ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈਗੀ ਹੈ ਜੀ www.nrab.com। ਜੇਕਰ ਹਜੇ ਵੀ ਤੁਹਾਨੂੰ ਆਪਣੇ ਪਰਫੈਕਟ ਪਾਰਟਨਰ ਦੀ ਜਿਹੜੀ ਰਿਕੁਆਇਰਮੈਂਟ ਤੁਸੀਂ ਚਾਹੁੰਦੇ ਹੋ ਕਿ ਮੇਰਾ ਪਰਫੈਕਟ ਪਾਰਟਨਰ ਅਜਿਹਾ ਹੋਣਾ ਚਾਹੀਦਾ, ਉਹ ਰਿਕੁਆਇਰਮੈਂਟ ਤੁਹਾਨੂੰ ਇਹਨਾਂ ਪ੍ਰੋਫਾਈਲਾਂ ਦੇ ਵਿੱਚ ਨਹੀਂ ਮਿਲੀ ਹੈ ਤਾਂ ਜੁੜੇ ਰਹੋ, ਕਿਉਂਕਿ ਹਰ ਰੋਜ਼ ਅਸੀਂ ਵਾਪਸੀ ਕਰਦੇ ਹੋਰ ਨਵੇਂ ਨਵੇਂ ਰਿਸ਼ਤਿਆਂ ਦੇ ਨਾਲ। ਤਦ ਤੱਕ ਦੇ ਲਈ ਦੇਖਦੇ ਰਹੋ ਐਨਆਰਆਈ ਮੈਰਿਜ ਬਿਊਰੋ। ਬਹੁਤ ਬਹੁਤ ਸ਼ੁਕਰੀਆ।